ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਅਤੇ ਮੈਂ ਹਾਂ ਜੱਜ ਸਿੰਘ ਚਾਹਲ। ਸਿਆਸਤ ਦੇ ਵਿੱਚ ਕੌਣ ਕਿਸੇ ਦਾ ਦੋਸਤ ਹੈ ਅਤੇ ਕੌਣ ਕਿਸੇ ਦਾ ਦੁਸ਼ਮਣ ਹੈ, ਇਹ ਸਮੇਂ ਦੇ ਨਾਲ ਨਾਲ ਇਸਦੇ ਮਾਇਨੇ ਲਗਾਤਾਰ ਬਦਲਦੇ ਹੀ ਰਹਿੰਦੇ ਨੇ। ਹੁਣ ਬਿਕਰਮ ਸਿੰਘ ਮਜੀਠੀਆ, ਜਿਨ੍ਹਾਂ ਦਾ ਕਿ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੱਜ ਕੇ ਵਿਰੋਧ ਕੀਤਾ ਸੀ, ਹੁਣ ਬਿਕਰਮ ਸਿੰਘ ਮਜੀਠੀਆ ਅਰਵਿੰਦ ਕੇਜਰੀਵਾਲ ਦਾ ਵੈਲਕਮ ਕਰਦੇ ਦਿਖਾਈ ਦੇ ਰਹੇ ਨੇ। ਕਿਉਂ ਕਰ ਰਹੇ ਨੇ ਉਹ ਵੈਲਕਮ, ਪਹਿਲਾਂ ਤੁਸੀਂ ਉਹ ਦੇਖ ਲਓ। ਮੇਰੇ ਕੋਲ ਖਬਰ ਆਈ ਹੈ ਕਿ ਦਿੱਲੀ 'ਚ ਕੇਜਰੀਵਾਲ ਨੇ ਸਾਹਿਬ ਨੇ ਖਹਿਰਾ ਨੂੰ ਮਿਲਣ ਤੋਂ ਇਨਕਾਰ ਕਰਤਾ, ਜਿੱਥੇ ਮੈਂ ਇਸ ਗੱਲ ਦਾ ਸਵਾਗਤ ਵੀ ਕਰਦਾ। ਮੈਂ ਸਮਝਦਾ ਇਹ ਬੜਾ ਵੈਲਕਮ ਸਟੈਪ ਹੈ, ਕਿਉਂਕਿ ਜਿਹੇ ਜੀ ਬਿਆਨਬਾਜ਼ੀ ਖਹਿਰਾ ਸਾਹਿਬ ਨੇ ਪੰਜਾਬ ਨੂੰ 'ਚ ਰਹਿੰਦਿਆਂ ਹੋਇਆਂ ਪੰਜਾਬ ਦੇ ਡੈਮੋਕਰੈਟਿਕ ਪ੍ਰੋਸੈਸਿਸ 'ਤੇ ਜੋ ਸਵਾਲ ਉਠਾਏ ਹੈ, ਜਾਂ ਜਿਸ ਤਰੀਕੇ ਨਾਲ ਟੈਕਟੀਕਲ ਸਪੋਰਟ ਸੀਕ ਫੋਰ ਜਸਟਿਸ ਨੂੰ ਦਿੱਤੀ ਹੈ 2020 ਦੀ ਗੱਲ ਕਰਕੇ, ਅੱਜ ਜੇ ਕੇਜਰੀਵਾਲ ਸਾਹਿਬ ਨੇ ਖਹਿਰਾ ਨੂੰ ਨਹੀਂ ਮਿਲੇ ਤੇ ਮੈਂ ਉਸਦਾ ਸਵਾਗਤ ਕਰ। ਦਰਅਸਲ ਸੁਖਪਾਲ ਸਿੰਘ ਖਹਿਰਾ ਵੱਲੋਂ ਰੈਫਰੈਂਡਮ 2020 ਦੇ ਦਿੱਤੇ ਗਏ ਬਿਆਨ ਨੂੰ ਲੈ ਕੇ ਸਾਰਾ ਬਾਦਲ ਪਰਿਵਾਰ ਸੁਖਪਾਲ ਸਿੰਘ ਖਹਿਰਾ ਦੇ ਵਿਰੋਧ ਵਿੱਚ ਉਤਰ ਪਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸੁਖਪਾਲ ਸਿੰਘ ਖਹਿਰਾ ਦੇ ਇਸ ਬਿਆਨ ਦੀ ਨਿੰਦਾ ਕੀਤੀ ਹੈ ਅਤੇ ਬਾਦਲ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਆਪਣੀ ਵਾਪਸੀ ਲਈ ਕਿਸੇ ਵੀ ਚੀਜ਼ ਨੂੰ ਦਾਅ ਤੇ ਲਾ ਸਕਦੇ ਨੇ। ਬਾਲ ਖਹਿਰਾ ਬਾਰੇ, ਕਿਉਂਕਿ ਉਹਨਾਂ ਨੇ ਦੇਖਿਆ ਕਿ ਜਮਾਂ ਡਾਊਨ ਹੋ ਗਿਆ, ਹੁਣ ਉਹ ਆਪਣੇ ਆਪ ਨੂੰ ਰਿਵਾਈਵਲ ਵਾਸਤੇ ਹੁਣ ਫੰਡਾਮੈਂਟਲਿਸਟ ਸਲੋਗਨ 'ਤੇ ਆ ਗਿਆ, ਵਿਚ ਇਜ਼ ਵੈਰੀ ਅਨਫੋਰਚੁਨੇਟ। ਆਮ ਆਦਮੀ ਪਾਰਟੀ ਦੀ ਸਾਰੀ ਪੋਲ ਖੁੱਲ੍ਹ ਗਈ ਹੈ, ਉਹਨਾਂ ਦਾ ਕੀ ਬੈਕਗਰਾਊਂਡ ਸੀ ਤੁਸੀਂ ਦੇਖਿਆ ਹੋਣਾ। ਜਦੋਂ ਕੇਜਰੀਵਾਲ ਪੰਜਾਬ 'ਚ ਆਇਆ ਸੀ ਇਲੈਕਸ਼ਨ ਦੇ ਦੌਰਾਨ ਕਿੱਥੇ ਰਿਹਾ ਸੀ, ਉਹਦੇ ਬਾਅਦ ਕੀ ਰਿਐਕਸ਼ਨ ਸੀ। ਆਹ ਇੱਕ ਫਰਸਟ੍ਰੇਟਿਡ ਟੀਮ ਬਣ ਗਈ ਹੈ, ਹੁਣ ਕੁਛ ਮਰਜ਼ੀ ਸੈਕਰੀਫਾਈਸ ਕਰ ਸਕਦੇ ਹੈ ਆਪਣੀ ਐਗਜ਼ਿਸਟੈਂਸ ਵਾਸਤੇ, ਦੇਸ਼ ਦੀ ਆਜ਼ਾਦੀ ਨੂੰ ਵੀ ਸੈਕਰੀਫਾਈਸ ਕਰ ਸਕਦੇ ਹੈ, ਇਹ ਵੀ ਸੋਚ ਲੈ ਕੇ ਆਏ ਆ। ਅਤੇ ਮੈਂ ਕਾਫੀ ਹੈਰਾਨ ਹੈ ਕਿ ਹੁਣ ਉਹ ਕੇਜਰੀਵਾਲ ਕੁਛ ਨਹੀਂ ਬੋਲ ਰਿਹਾ। ਸਿਰਫ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਹੀ ਨਹੀਂ, ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਵੀ ਸੁਖਪਾਲ ਸਿੰਘ ਖਹਿਰਾ ਤੇ ਇਸ ਨੂੰ ਲੈ ਕੇ ਨਿਸ਼ਾਨਾ ਸਾਧਿਆ। ਉਹਨਾਂ ਨੇ ਤਾਂ ਇਸ ਬਿਆਨ ਨੂੰ ਸ਼ਰਮ ਵਾਲੀ ਗੱਲ ਹੀ ਦੱਸ ਦਿੱਤਾ ਹੈ। ਸ਼ਰਮ ਕੀ, ਬਿਲਕੁਲ ਸ਼ਰਮ ਕੀ ਬਾਤ ਹੈ ਕਿ ਆਮ ਆਦਮੀ ਪਾਰਟੀ ਕੇ ਪੰਜਾਬ ਕੇ ਲੀਡਰ ਆਫ ਆਪੋਜੀਸ਼ਨ ਸੁਖਪਾਲ ਖਹਿਰਾ ਇਹ ਐਸੇ ਲੋਗੋ ਕੇ ਜੋ ਹਿੰਦੁਸਤਾਨ ਕੇ ਟੁਕੜੇ ਟੁਕੜੇ ਕਰਨੇ ਕੀ ਬਾਤ ਕਰਤੇ ਹੈ, ਜੋ ਪੰਜਾਬ ਕੋ ਹਿੰਦੁਸਤਾਨ ਸੇ ਅਲਗ ਕਰਨੇ ਕੀ ਬਾਤ ਕਰਨੇ ਕੀ ਸਪੋਰਟ ਐਸੇ ਲੋਗੋ ਕੀ ਕਰਤੇ ਹੈ। ਔਰ ਕੇਜਰੀਵਾਲ ਸਾਹਿਬ ਇਧਰ ਕਹਤੇ ਹੈ ਕਿ ਦਿੱਲੀ ਕੋ ਇੰਡੀਪੈਂਡੈਂਟ ਸਟੇਟਹੁੱਡ ਦਿਆ ਜਾਣਾ ਚਾਹੀਏ, ਤੋ ਉਧਰ ਤੋਂ ਆਪਕੇ ਜੋ ਲੀਡਰ ਆਫ ਆਪੋਜੀਸ਼ਨ ਹੈ ਜੋ ਹਿੰਦੁਸਤਾਨ ਸੇ ਅਲਗ ਕਰਨੇ ਕੀ ਬਾਤ ਕਰ ਰਹੇ ਹੈ, ਆਪ ਉਸਕੇ ਬਾਰੇ ਮੇਂ ਚੁੱਪੀ ਸਾਧ ਕੇ ਬੈਠੇ ਹੋਏ ਹੈ। ਜੇਕਰ ਹਰਸਿਮਰਤ ਕੌਰ ਬਾਦਲ ਨੇ ਸੁਖਪਾਲ ਸਿੰਘ ਖਹਿਰਾ ਤੇ ਇੰਨੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਤਾਂ ਇਸ ਦਾ ਜਵਾਬ ਵੀ ਫਿਰ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਅੰਦਾਜ਼ ਦੇ ਵਿੱਚ ਦਿੱਤਾ ਹੈ। ਕਿਵੇਂ, ਤੁਸੀਂ ਵੀ ਦੇਖ ਲਓ। ਨਾ ਵੀ ਇਸ ਦੇਸ਼ ਕੇ ਲੀਡਰੋਂ ਮੇਂ ਟੋਲਰੈਂਸ ਲੈਵਲ ਨਹੀਂ ਹੈ। ਹਰਸਿਮਰਤ ਕੌਰ ਬਾਦਲ ਬਿਆਨ ਦੇਣੇ ਸੇ ਪਹਿਲੇ ਮੇਰੇ ਸੇ ਜ਼ਰਾ ਸੁਣ ਲੇ ਕਿ ਉਨਕੇ ਸਸੁਰ ਨੇ ਕਿਆ ਕੁਛ ਕੀਆ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਇਸੀ ਦਿੱਲੀ ਮੇਂ 1982 ਮੇਂ ਇਸੀ ਦੇਸ਼ ਕੇ ਸੰਵਿਧਾਨ ਕੋ ਸਾੜਾ ਹੈ, ਆਗ ਲਗਾਈ ਹੈ, ਕਿਆ ਵੋ ਸਡੀਸ਼ਨ ਨਹੀਂ ਹੈ? ਉਸਕੇ ਬਾਅਦ ਜਬ ਬੋਤਰਸ ਘਾਲੀ ਆਤੇ ਹੈ 1992 ਮੇਂ ਇੰਡੀਆ ਸੈਕਟਰੀ ਜਨਰਲ UNO ਕੇ ਜੋ ਵਫਦ ਮਿਲਤਾ ਹੈ ਉਸਮੇ ਸਿਮਰਜੀਤ ਸਿੰਘ ਮਾਨ ਕੇ ਸਮੇਤ ਬਾਦਲ ਸਾਹਿਬ ਉਸ ਵਫਦ ਮੇਂ ਮੈਮੋਰੈਂਡਮ ਦੇਤੇ ਉਸਕੇ ਉੱਪਰ ਸਿਗਨੇਚਰ ਕਰਤੇ ਹੈ, ਔਰ ਉਸਕੀ ਡਿਮਾਂਡ ਕਿਆ ਥੀ ਕਿ ਅਟੋਨਮਸ ਸਿੱਖ ਸਟੇਟ, ਕਿਆ ਵੋ ਸਡੀਸ਼ਨ ਨਹੀਂ ਹੈ? ਔਰ ਉਸਸੇ ਪਹਿਲੇ ਜਬ ਓਪਰੇਸ਼ਨ ਬਲੂ ਸਟਾਰ ਕਾ ਹਮਲਾ ਹੁਆ ਦਰਬਾਰ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਨੇ BBC ਰੇਡੀਓ ਕੋ ਇੰਟਰਵਿਊ ਦੀ, ਔਰ ਉਸਮੇ ਉਹਨੇ ਇੰਸਟੀਗੇਟ ਕੀਆ ਕਿ ਜਿਤਨੇ ਸਿੱਖ ਜਵਾਨ ਫੌਜੀ ਅਫਸਰ ਆਪਣੀ ਬੈਰਕ ਤੋੜ ਕਰਕੇ ਦਰਬਾਰ ਸਾਹਿਬ ਕੀ ਤਰਫ ਕੂਚ ਕਰ ਚਲੋ, ਉਹ ਬੋਲੇ ਬਾਲੇ ਲੋਕ ਇਨਕੀ ਬਾਤੋਂ ਮੇਂ ਆ ਗਏ, ਬਹੁਤ ਸਾਰੇ ਲੋਕ ਮਾਰੇ ਗਏ, ਬਹੁਤ ਸਾਰੋਂ ਕੋ ਆਜ ਤੱਕ ਜੇਲੋਂ ਮੇਂ ਸੜਨਾ ਪੜ ਰਿਹਾ ਹੈ, ਲੇਕਿਨ ਪ੍ਰਕਾਸ਼ ਸਿੰਘ ਬਾਦਲ ਆਪਣੀ ਸਿਆਸੀ ਰੋਟੀ ਸੇਕ ਕਰਕੇ ਗਾਇਬ ਹੋ ਗਏ। ਇਸ ਲਈ ਹਰਸਿਮਰਤ ਕੌਰ ਜੀ, ਇੱਕ ਮਿੰਟ, ਮੇਰੇ ਸੇ ਪੁੱਛਣੇ ਸੇ ਪਹਿਲੇ ਆਪਣੇ ਸਸੁਰ ਕੋ ਜ਼ਰਾ ਪੁੱਛੋ ਕਿ ਸਡੀਸ਼ਨ ਔਰ ਐਂਟੀ ਨੈਸ਼ਨਲ ਸਟੇਟਮੈਂਟਸ ਕਿਸਨੇ ਦਿੱਤੇ ਸੀ। ਦਰਅਸਲ ਸਾਰਾ ਮਸਲਾ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਦੇ ਨਾਲ ਦਿੱਲੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਸਨ ਅਤੇ ਇਹ ਖਬਰਾਂ ਆਈਆਂ ਕਿ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਮਿਲਣ ਲਈ ਇਨਕਾਰ ਕਰ ਦਿੱਤਾ। ਇਸ ਦੇ ਤੋਂ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਕਾਫੀ ਬਾਗੋ ਬਾਗ ਦਿਖਾਈ ਦੇ ਰਿਹਾ। ਇਸੇ ਕਰਕੇ ਬਿਕਰਮ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਦਾ ਸਵਾਗਤ ਵੀ, ਇਸ ਫੈਸਲੇ ਦਾ ਸਵਾਗਤ ਵੀ ਕੀਤਾ, ਜਦਕਿ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ। ਕੇਜਰੀਵਾਲ ਨੇ ਉਹਨਾਂ ਤੋਂ ਮਿਲਣ ਤੋਂ ਇਨਕਾਰ ਨਹੀਂ ਕੀਤਾ, ਸਗੋਂ ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਇਸ
ਇਸ ਕਰਕੇ ਉਹਨਾਂ ਨੇ ਆਪਣੀਆਂ ਸਾਰੀਆਂ ਮੁਲਾਕਾਤਾਂ ਰੱਦ ਕਰ ਦਿੱਤੀਆਂ ਨੇ, ਜਿਨ੍ਹਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨਾਲ ਵੀ ਮੁਲਾਕਾਤ ਹੋਣੀ ਸੀ। ਉਹਨਾਂ ਦਾ ਤਾਂ ਕਹਿਣਾ ਹੈ ਕਿ ਉਹਨਾਂ ਦੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਮੁਲਾਕਾਤ ਹੋ ਚੁੱਕੀ ਹੈ ਅਤੇ ਇਸ ਮੁਲਾਕਾਤ ਦੇ ਵਿੱਚ ਜੋ ਵੀ ਸਾਰੇ ਭੁਲੇਖੇ ਸਨ ਉਹਨਾਂ ਨੂੰ ਦੂਰ ਕਰ ਲਿਆ ਗਿਆ। ਇਸ ਮੀਟਿੰਗ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਵੀ ਆਪਣਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਤੋਂ ਇਸ ਬਾਰੇ ਪੁੱਛਿਆ ਗਿਆ ਕਿ ਤੁਸੀਂ ਇਹ ਬਿਆਨ ਕਿਉਂ ਦਿੱਤਾ ਹੈ, ਅਤੇ ਉਹਨਾਂ ਨੇ ਜੋ ਵੀ ਦੱਸਿਆ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਅਤੇ ਕੁਝ ਅਖਬਾਰਾਂ ਨੇ ਵੀ ਉਹਨਾਂ ਦੀ ਖਿਲਾਫਤ ਜਾਣ ਬੁੱਝ ਕੇ ਸਾਜ਼ਿਸ਼ ਦੇ ਤਹਿਤ ਉਹਨਾਂ ਦੀ ਖਿਲਾਫਤ ਕੀਤੀ ਹੈ। ਇਸ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਸਾਫ਼ ਕਰ ਦਿੱਤਾ ਕਿ ਉਹਨਾਂ ਦੀ ਪਾਰਟੀ ਰੈਫਰੈਂਡਮ 2020 ਦੇ ਬਿਲਕੁਲ ਖਿਲਾਫ਼ ਹੈ। ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਵੀ ਕੁਝ ਅਜਿਹੇ ਕਹਿੰਦੇ ਦਿਖਾਈ ਦਿੱਤੇ, ਪਰ ਇੱਥੇ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਅਤੇ ਸੁਖਪਾਲ ਸਿੰਘ ਖਹਿਰਾ ਦੀਆਂ ਗੱਲਾਂ ਵਿੱਚ ਕਾਫ਼ੀ ਅਣਬਣ ਦੇਖਣ ਨੂੰ ਮਿਲੀ। ਪਹਿਲੀ ਗੱਲ ਇਹ ਕਿ ਮਨੀਸ਼ ਸਿਸੋਦੀਆ ਨੇ ਕਿਹਾ ਸੀ ਕਿ ਸੁਖਪਾਲ ਸਿੰਘ ਖਹਿਰਾ ਨੂੰ ਇਸ ਬਿਆਨ ਨੂੰ ਲੈ ਕੇ ਨੋਟਿਸ ਭੇਜਿਆ ਗਿਆ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੈਨੂੰ ਅਜਿਹਾ ਕੋਈ ਵੀ ਨੋਟਿਸ ਨਹੀਂ ਮਿਲਿਆ। ਦੂਜੇ ਪਾਸੇ ਇਹ ਕਿਹਾ ਗਿਆ ਕਿ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਨਾਲ ਮਿਲਣ ਤੋਂ ਨਾ ਕਰ ਦਿੱਤੀ ਹੈ। ਇਸ ਤੋਂ ਵੀ ਸੁਖਪਾਲ ਸਿੰਘ ਖਹਿਰਾ ਨੇ ਇਨਕਾਰ ਕੀਤਾ। ਇਸ ਤਰ੍ਹਾਂ ਦਿੱਲੀ ਦੀ ਲੀਡਰਸ਼ਿਪ ਦੇ ਬਿਆਨ ਕੁਝ ਹੋਰ ਸਨ ਅਤੇ ਸੁਖਪਾਲ ਸਿੰਘ ਖਹਿਰਾ ਦੇ ਬਿਆਨ ਇੱਥੇ ਕੁਝ ਹੋਰ ਦਿਖਾਈ ਦਿੱਤੇ। ਪਰ ਇਹ ਸਭ ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਚਾਹੇ ਕੁਝ ਵੀ ਚੱਲ ਰਿਹਾ ਹੋਵੇ, ਪਰ ਇਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਅਤੇ ਪੂਰੀ ਬਾਦਲ ਫੈਮਿਲੀ ਕਾਫ਼ੀ ਖੁਸ਼ ਦਿਖਾਈ ਦੇ ਰਹੀ ਹੈ। ਇਸੇ ਕਰਕੇ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਨ ਨੂੰ ਵੀ ਵਿਕਰਮ ਸਿੰਘ ਮਜੀਠੀਆ ਨਹੀਂ ਖੁੰਝੇ। ਪਰ ਹੁਣ ਅਸੀਂ ਤੁਹਾਡੇ ਤੋਂ ਪੰਜਾਬ ਦੇ ਲੋਕਾਂ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਮੁਲਾਕਾਤ ਨਾ ਕਰਕੇ ਇੱਕ ਸਹੀ ਫੈਸਲਾ ਲਿਆ ਜਿਸ ਦੇ ਨਾਲ ਸਾਰੀ ਸਿਆਸਤ ਦੇ ਵਿੱਚ ਇੱਕ ਸਹੀ ਸੰਦੇਸ਼ ਜਾਏਗਾ, ਕਿ ਜਾਂ ਫਿਰ ਅਰਵਿੰਦ ਕੇਜਰੀਵਾਲ ਨੂੰ ਸੁਖਪਾਲ ਸਿੰਘ ਖਹਿਰਾ ਦੇ ਨਾਲ ਮੁਲਾਕਾਤ ਕਰ ਲੈਣੀ ਚਾਹੀਦੀ ਸੀ। ਇਸ ਬਾਰੇ ਤੁਹਾਡੀ ਕਿਹਾ ਇਸ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਅਤੇ ਤੁਸੀਂ ਪੱਕੇ ਤੌਰ 'ਤੇ ਇਸ ਚੈਨਲ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਮੈਂ ਜੱਜ ਸਿੰਘ ਚਾਲੇ ਇਸੇ ਤਰ੍ਹਾਂ ਨਿਰਪੱਖਤਾ ਦੇ ਨਾਲ ਹਰ ਖਬਰ ਨੂੰ ਲੈ ਕੇ ਆਉਂਦਾ ਰਹਾਂਗਾ। ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ, ਹਰ ਖਬਰ ਦਾ ਸੱਚ।